युवाओं को ट्रैफिक की समस्याओं से जागरूक करने के लिए अमृतसर में ट्रैफिक पुलिस के साथ मिलकर युवाओं ने एक मार्च निकाला जो कि अमृतसर के कचहरी चौक से होकर लॉरेंस रोड पर जाकर संपन्न हुआ। वहीं अच्छी कारगुजारी के लिए काम कर रहे ट्रैफिक पुलिस कर्मचारियों को एक संस्था की ओर से सम्मानित भी किया गया। ट्रैफिक पुलिस अधिकारी ने बताया कि ये मार्च युवाओं को प्रेरित करने के लिए निकाला जा रहा है। ਜਿਹੜਾ ਪਹਿਲੀ ਵਾਰ ਪੰਜਾਬ ਵਿੱਚ ਅੰਮ੍ਰਿਤਸਰ ਤੋਂ ਹੀ ਸ਼ੁਰੂ ਕਰ ਰਹੇ ਆ ਟ੍ਰੈਫਿਕ ਡੇ ਮਨਾ ਰਹੇ ਆ। ਜੋ ਵੀ ਸਾਡੇ ਕਰਮਚਾਰੀ 12 ਘੰਟੇ ਡਿਊਟੀ ਕਰ ਰਹੇ ਹੈਗੇ, ਜਿਹੜੇ ਵੀ ਵਧੀਆ ਤਰੀਕੇ ਨਾਲ ਡਿਊਟੀ ਕਰ ਰਹੇ ਉਹਨਾਂ ਨੂੰ ਇਹ ਸਨਮਾਨਿਤ ਕਰ ਰਹੇ ਆ, ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਇਸੇ ਤਰ੍ਹਾਂ ਹੀ ਅਗਰ ਜੇ ਟ੍ਰੈਫਿਕ ਪੁਲਿਸ ਦਾ ਹੌਸਲਾ ਅਫਜਾਈ ਕਰਦੇ ਰਹਿਣਗੇ ਤਾਂ ਸਾਨੂੰ ਆਸ ਹੈ ਕਿ ਸਾਡੇ ਜਿਹੜੇ ਟ੍ਰੈਫਿਕ ਪੁਲਿਸ ਮੁਲਾਜ਼ਮ ਆ ਉਹ ਬਹੁਤ ਵਧੀਆ ਤਰੀਕੇ ਨਾਲ ਡਿਊਟੀ ਕਰ ਰਹਿਣਗੇ। ਔਰ ਯੂਥ ਆ ਜਿਹੜਾ ਜਾ ਰਿਹਾ ਵਾ, ਯੂਥ ਦੇ ਰਾਹੀਂ ਸਾਰਿਆਂ ਨੂੰ ਇਹ ਸੁਨੇਹਾ ਵੀ ਦਿੱਤਾ ਜਾਊਗਾ ਕਿ ਜਿਹੜੀ ਟ੍ਰੈਫਿਕ ਦੀ ਆਪਾਂ ਕਰਦੇ ਹਾਂਗੇ ਉਲੰਘਣਾ ਕਰਦੇ ਉਹ ਨਾ ਕਰੀਏ। ਹਾਂਜੀ, ਬਹੁਤ ਜ਼ਰੂਰੀ ਆ ਕਿਉਂਕਿ ਇੱਕ ਟ੍ਰੈਫਿਕ ਦਾ ਇੱਕ ਲੋਕਾਂ ਨੂੰ ਇਹ ਡਰ ਹੀ ਰਹਿੰਦਾ, ਅਸੀਂ ਇਸ ਡਰ ਨੂੰ ਦੂਰ ਕਰਨਾ ਚਾਹੁੰਦੇ ਹਾਂ। ਅਸੀਂ ਪੁਲਿਸ ਅਤੇ ਪਬਲਿਕ ਦਾ ਜਿਹੜਾ ਤਾਲਮੇਲ ਆ ਉਹ ਵਧਾਉਣਾ ਚਾਹੁੰਦੇ ਹਾਂ। ਜਿਵੇਂ ਹਰ ਤਿਉਹਾਰ 'ਤੇ ਸਾਡੀ ਕੋਸ਼ਿਸ਼ ਇਹ ਹੋਏਗੀ ਕਿ ਟ੍ਰੈਫਿਕ ਪੁਲਿਸ ਵੱਲੋਂ ਖਾਸ ਕਰਕੇ ਅਸੀਂ ਕੁਛ ਨਾ ਕੁਛ ਲੋਕਾਂ ਵਾਸਤੇ ਕਰਦੇ ਰਹੀਏ। ਜਿਹੜੇ ਜ਼ਿਆਦਾ ਟ੍ਰੈਫਿਕ ਰਸ਼ ਵਾਲੇ ਰਸਤੇ ਆ ਉੱਥੇ ਅਸੀਂ ਗਸਤ ਲਾਈ ਹੋਈ ਆ ਆਪਣੇ ਟ੍ਰੈਫਿਕ ਮੁਲਾਜ਼ਮਾਂ ਦੀ, ਔਰ ਅਸੀਂ ਆਪ ਵੀ ਖੁਦ ਉਸ ਜਗ੍ਹਾ 'ਤੇ ਜਿਵੇਂ ਹਾਲ ਗੇਟ ਆ ਅਸੀਂ ਪੈਦਲ ਆਪ ਵੀ ਚੱਲ ਕੇ ਉਸ ਜਗ੍ਹਾ 'ਤੇ ਆਪ ਵੀ ਕਰ ਰਹੇ ਹਾਂ ਤਾਂ ਜੋ ਕਿ ਕਿਸੇ ਨੂੰ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਾ ਆਵੇ। ਘਰ ਵਿੱਚ ਲਾਈਫਆਲ ਇੱਕ ਐਨ ਜੀ ਓ ਜਿਹੜੀ ਹੈ ਟ੍ਰੈਫਿਕ ਪੁਲਿਸ ਡੇ ਮਨਾ ਰਹੀ ਹੈ। ਇਸ ਦਾ ਇਵੈਂਟ ਦਾ ਪਰਪਸ ਹੈ ਕਿ ਅਸੀਂ ਟ੍ਰੈਫਿਕ ਪੁਲਿਸ ਡਿਪਾਰਟਮੈਂਟ ਨੂੰ ਐਕਨੋਲੇਜ ਕਰੀਏ ਜਿਹੜਾ ਸਾਰਾ ਦਿਨ ਜਿਹੜਾ ਹੈ ਧੁੱਪ ਵਿੱਚ ਬਾਰਿਸ਼ ਵਿੱਚ ਖੜ੍ਹੇ ਰਹਿੰਦੇ ਹੈ, ਸਾਰਾ ਦਿਨ 12-13 ਘੰਟੇ ਦੀ ਡਿਊਟੀ ਦਿੰਦੇ ਆ, ਅਤੇ ਉਹਨਾਂ ਨੂੰ ਅਸੀਂ ਐਕਨੋਲੇਜ ਕਰੀਏ। ਅਤੇ ਦੂਸਰਾ ਦਾ ਪਰਪਸ ਹੈ ਯੂਥ ਤੋਂ ਥਰੂ ਅਸੀਂ ਰੈਲੀ ਕਰਵਾ ਰਹੇ ਹਾਂ ਤਾਂ ਕਿ ਯੂਥ ਜਿਹੜੀ ਹੈ ਹੋਰ ਸੈਂਸਿਟਾਈਜ਼ ਹੋਵੇ ਕਿ ਟ੍ਰੈਫਿਕ ਦੀ ਡਿਪਾਰਟਮੈਂਟ ਦੀ ਕੀ ਇਹਨਾਂ ਦੀ ਰੈਗੂਲਰ ਡਿਊਟੀਜ਼ ਹੈਗੀਆਂ ਅਤੇ ਕੀ ਇਹਨਾਂ ਦੇ ਜਿਹੜੀ ਇਹਨਾਂ ਨੂੰ ਰਿਸਪੈਕਟ ਚਾਹੀਦੀ ਹੈ, ਉਹਦੇ ਵਾਸਤੇ ਤਾਂ ਟ੍ਰੈਫਿਕ ਰੂਲ ਦੇ ਹੋਰ ਥੋੜ੍ਹੇ ਰਿਸਪੋਂਸੀਬਲ ਹੋ ਜਾਣ। ਅੱਜ ਦਿਨ ਅਸੀਂ ਕਚਹਿਰੀ ਚੌਂਕ ਤੋਂ ਲਾਰੈਂਸ ਰੋਡ ਚੌਂਕ ਤੱਕ ਰੈਲੀ ਕਰ ਰਹੇ ਹਾਂ। ਉਸ ਤੋਂ ਬਾਅਦ ਆਪਣਾ ਰੋਡ ਸ਼ੋਅ ਹੈ ਨੋਵਲਟੀ ਕੰਪਲੈਕਸ ਦੇ ਵਿੱਚ, ਜਿਹਦੇ ਵਿੱਚ ਅਸੀਂ ਡੀਸੀਪੀ ਸਰ, ਕਮਿਸ਼ਨਰ ਸਰ ਨੂੰ ਇਨਵਾਈਟ ਕੀਤਾ ਹੈ, ਮੈਡਮ ਜੀ ਸਾਡੇ ਫਲੈਗ ਆਫ ਕਰਨਗੇ ਅੱਜ, ਜਸਵੰਤ ਮੈਮ। ਅਤੇ ਉਸ ਤੋਂ ਬਾਅਦ ਉੱਥੇ ਸਾਰਿਆਂ ਨੂੰ ਟਰੋਫੀਜ਼ ਡਿਸਟ੍ਰੀਬਿਊਟ ਕੀਤੀਆਂ ਜਾਣਗੀਆਂ, ਪੂਰੇ ਡਿਪਾਰਟਮੈਂਟ ਨੂੰ ਐਕਨੋਲੇਜ ਕੀਤਾ ਜਾਏਗਾ, ਬੱਚਿਆਂ ਨੂੰ ਰਿਫਰੈਸ਼ਮੈਂਟ ਦਿੱਤੀਆਂ ਜਾਣਗੀਆਂ, ਨਾਲ ਸਰਟੀਫਿਕੇਟ ਵੰਡੇ ਜਾਣਗੇ।